ਜੀ ਕਿ ਦਸਾਰੇ ਸਾਰੇ ਪਾਸੇ ਵੀਡੀਓ ਬਚਾਇਓ ਸਾਰਿਆਂ ਨੂੰ ਮੋਦੀ ਦੀਆਂ ਕਰਤੂਤਾਂ ਦਿਖਾਇਓ ਮੋਦੀ ਨੇ ਯੂनाइटेड नेशंस ਚ ਭਾਸ਼ਣ ਦਿੱਤਾ ਜੈਸ ਡੈਮੋਕ੍ਰੇਸੀ ਕੈਨ ਡਿਲੀਵਰ ਜੈਸ ਡੈਮੋਕ੍ਰੇਸੀ ਹੈਸ ਡਿਲੀਵਰ ਪਈ ਡੈਮੋਕਰੇਸੀ ਆਪਾਂ ਦੇ ਰਹੇ ਆ ਭਾਰਤ ਚ ਵੀ ਭਾਰਤ ਵਰਗੀ ਡੈਮੋਕਰੇਸੀ ਕਿਤੇ ਲੋਕਤੰਤਰ ਹੈ ਨਹੀਂਗਾ ਕਿ ਸੱਚ ਚ ਭਾਰਤ ਵਰਗਾ ਲੋਕਤੰਤਰ ਹੈ ਨਹੀਂਗਾ ਇਹ ਚ ਕਿੰਨਾ ਸੱਚ ਆ ਕਿੰਨਾ ਝੂਠ ਆ ਤੁਹਾਨੂੰ ਦਿਖਾਉਣਾ ਜਲਦੀ ਜਲਦੀ ਸਾਰੇ ਪੇਜਾਂ 'ਚ ਸ਼ੇਅਰ ਕਰ ਦਿਓ ਸਾਰੇ ਪਾਸੇ ਸ਼ੇਅਰ ਕਰੋ ਤੁਹਾਨੂੰ ਦਿਖਾਉਨੇ ਆ ਮੋਦੀ ਸਰਕਾਰ ਦੀਆਂ ਕਰਤੂਤਾ ਤੇ ਕੱਢਣੀਆਂ ਇਹਨਾਂ ਦੀਆਂ ਭੂਤਾ ਤੇ ਦਿਖਾਉਨੇ ਆ ਜੀ ਯੂਨਾਈਟਿਡ ਨੇਸ਼ਨ ਚ ਤਾਂ ਤੁਹਿਆ ਆ ਬਈ ਆਪਾਂ ਡੈਮੋਕਰੇਸੀ ਡਿਲੀਵਰ ਕਰ ਰਹੇ ਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਜਿਹੜੀਆਂ ਅੰਤਰਰਾਸ਼ਟਰੀ ਆਪਣੇ ਮਤਲਬ ਹੁੰਦੀਆਂ ਸਰਚਾਂ ਸਾਰੀਆਂ ਵੀ ਸੱਚੀ ਭਾਰਤ ਚ ਲੋਕਤੰਤਰ ਜਾ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਭਾਰਤ 'ਚ ਲੋਕਤੰਤਰ ਹੈਗਾ ਇਸ ਵੇਲੇ ਤੁਸੀਂ ਵੀ ਦੱਸ ਸਕਦੇ ਆ ਜਿਹੜੇ ਭਾਰਤ ਦੇ ਵਸਨੀਕ ਆ ਜੈਸਾ ਕਿ ਨੋ ਆ ਲੋਕਤੰਤਰ ਹੈ ਤੇ ਇਹਨੇ ਤਾਂ ਕਹਿ ਦਿੱਤਾ ਯੂਨਾਈਟਿਡ ਨੇਸ਼ਨ 'ਚ ਵੀ ਆਪਾਂ ਡੈਮੋਕ੍ਰੇਸੀ ਡਿਲੀਵਰ ਕਰ ਰਹੇ ਆ ਪਰ ਜਿਹੜੀ ਸਚਾਈ ਆ ਪਹਿਲਾਂ ਉਹ ਦੇਖੀਏ ਆ ਜਾਓ ਜੀ ਬੀਬੀਸੀ ਕੀ ਕਹਿ ਰਹੀ ਆ ਭਾਰਤ 'ਚ ਲੋਕਤੰਤਰ ਬਾਰੇ ਬੀਬੀਸੀ ਕਹਿ ਰਹੀ ਆ ਜੀ ਮੇਟਰ ਮੋਦੀਸ ਗਵਰਨਮੈਂਟ ਹੈਜ਼ ਬੀਨ ਅਕਿਊਜ਼ਡ ਆਫ ਟਾਰਗੇਟਿੰਗ ਮਾਈ ਟਾਰਗੇਟਿੰਗ ਮਾਈ ਮਾਈਨੋਰਟੀਜ਼ ਭਈ ਘੱਟ ਗਿਣਤੀਆਂ ਨੂੰ ਇਹ ਟਾਰਗੇਟ ਕਰਦੇ ਆ ਮਾਰਦੇ ਆ ਇਹਨਾਂ ਨਾਲ ਬਿਤਕਰਾ ਕਰਦੇ ਆ ਨਰਿੰਦਰ ਮੋਦੀ ਦੀ ਸਰਕਾਰ ਇਦਾਂ ਕਰਦੀ ਬੀਬੀਸੀ ਕਹਿ ਰਹੀ ਆ ਬ੍ਰਿਟਿਸ਼ ਬ੍ਰਾਡਕਾਸਟਿੰਗ ਸਭ ਨੂੰ ਪਤਾ ਬੀਬੀਸੀ ਸੰਸਾਰ ਚ ਪਹਿਲੇ ਨੰਬਰ ਤੇ ਆ ਹਨਾ ਇੰਡੀਆਸ ਡੈਮੋਕ੍ਰੇਸੀ ਟੈਕਿੰਗ ਰੈਂਕਿੰਗਸ ਹਨਾ ਭਈ ਦੇਖ ਸਕਦੇ ਆ ਭਈ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਸੋ ਵਾਟਸ ਗੋਇੰਗ ਔਨ ਹਨਾ ਪਿ ਸਟਡੀ ਹੁੰਦੀਆਂ ਆ ਸਟਡੀ ਕੀਤੀ ਸੀਗੀ ਇੱਕ ਉਹਨਾਂ ਨੇ ਤੇ ਉਹਨੇ ਹੀ ਦੱਸਿਆ ਸੀਗਾ ਇੱਕ ਅਮਰੀਕਾ ਦੀ ਕੰਪਨੀ ਨੇ ਕੀਤੀ ਸਟਡੀ ਉਹ ਕਹਿੰਦੇ ਪਾਰਟਲੀ ਪਾਰਟਲੀ ਫ੍ਰੀ ਡੈਮੋਕ੍ਰੇਸੀ ਆ ਭਈ ਪਹਿਲਾਂ ਹੁੰਦੀ ਸੀ ਫੁੱਲ ਡੈਮੋਕ੍ਰੇਸੀ ਹੁਣ ਤਾਂ ਬਸ ਨਾਂ ਦੀ ਆ ਤੇ ਇੱਕ ਸਵੀਡਨ ਦੀ ਕੰਪਨੀ ਨੇ ਕੀਤਾ ਸੀਗਾ ਹਨਾ ਸਰਚ ਸਰਵੇ ਤੇ ਭਾਰਤ ਦਾ ਜਿਹੜਾ ਸਥਾਨ ਆ ਪਹਿਲਾਂ ਥੋੜੇ ਉਤਲੇ ਨੰਬਰਾਂ ਤੇ ਹੁੰਦਾ ਸੀ ਦਸਾਂ ਬੀਹਾਂ ਚ ਹੁੰਦਾ ਸੀ ਤੇ ਖਿਸਕਦਾ ਖਿਸਕਦਾ ਇਲੈਕਟ੍ਰੋਕਾਲ ਆਟੋਕ੍ਰੇਸੀ ਭਾਵ ਪੀ ਇੱਕ ਬੰਦਾ ਹੀ ਮਨਮਰਜ਼ੀਆਂ ਕਰਦਾ ਸਾਰੇ ਕੋਈ ਚੂਧੀਆਂ ਮਰਜ਼ੀਆਂ ਚੱਲਦੀਆਂ ਕਿਸੇ ਦੀ ਕੋਈ ਸੁਣਵਾਈ ਨਹੀਂ ਸੋ ਭਾਰਤ ਦਾ ਰੈਂਕ 53ਵੇਂ ਤੇ ਆ ਗਿਆ ਆ ਸੋ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ 53ਵੇਂ ਸਥਾਨ ਤੇ ਆ ਗਈ ਜੀ ਕਿੱਥੇ 20 30 40ਵੇਂ ਸਥਾਨ ਤੇ ਹੁੰਦੀ ਸੀ ਖਿਸਕਦੀ ਖਿਸਕਦੀ ਹੁਣ 53 ਤੋਂ 55 57 ਹੋ ਜਾਣੀ ਹੈ ਅਗਲੇ ਸਾਲ ਤੱਕ ਤੇ ਤੁਹਾਨੂੰ ਹੋਰ ਦਸਾਉਣੇ ਆ ਜੀ ਵੀ ਡੈਮੋਕ੍ਰੇਸੀ ਅਸਲ 'ਚ ਹੈਗੀ ਕਿਹੜੇ ਦੇਛਾ ਤੇ ਆ ਇਹ ਦੇਖੋ ਇਹਨਾਂ ਦੇ ਪੁਆਇੰਟ ਦਿੱਤੇ ਹੋਏ ਫੁੱਲ ਡੈਮੋਕ੍ਰੇਸੀ ਇਹ ਦੇਖ ਸਕਦੇ ਆ ਦੇਸ਼ ਸੋ ਇਹ ਜੀ ਕੈਨੇਡਾ ਦੇਖੋ ਜੀ ਹਾਂ ਤੇ ਅਲਾਸਕਾ ਅਮਰੀਕਾ ਹੈ ਮੈਕਸੀਕੋ ਸੋ ਕੈਨੇਡਾ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਚ ਆ ਮਾੜਾ ਮੋਟਾ ਲੋਕਾਂ ਦੀ ਸੁਣਵਾਈ ਬਾਕੀ ਦਾ ਬਾਈ ਜੀ ਇਹ ਦੇਖ ਸਕਦੇ ਆ ਭਾਰਤ ਦਾ ਬਾਲਾ ਹੀ ਮਾੜਾ ਹਾਲ ਕਰਤਾ ਡੈਮੋਕ੍ਰੇਸੀ ਵਾਲੇ ਪਾਸੇ ਚ ਸੋ ਗੋਦੀ মিডিਆ ਨੇ ਤੇ ਦਿਖਾਉਣਾ ਨਹੀਂ ਗੋਦੀ মিডিਆ ਦਾ ਜਾਗੇ ਬਹਿ ਗਿਆ ਡਭਈ ਲੱਗਦਾ ਉੱਥੇ ਕੋਈ ਆਕਾਜੀ ਜਾਣ ਵਾਲਾ ਡਭਈ ਚ ਪਹਿਲਾਂ ਹੀ ਚੇਲੇ ਚਪਟੇ ਜੁੱਤੀਆਂ ਚੱਟਣ ਲਈ ਡਭਈ ਪਹੁੰਚ ਗਏ ਆ ਗੋਦੀ মিডিਆ ਦੇ ਸੋ ਕੋਈ ਵੀ ਜਾ ਸਕਦਾ ਅਮਿਤ ਸ਼ਾਹ ਜਾਂ ਕੋਈ ਵੀ ਹੈ ਆਈਪੀਐਲ ਦੇਖਣ ਜਾਊਗੀ ਜਾਂ ਕੀ ਕਰਨ ਜਾਊ ਪਤਾ ਨਹੀਂ ਪਰ ਡਭਈ ਕੋਈ ਭਾਰਤ ਦਾ ਵੱਡਾ ਬੰਦਾ ਜਾਣ ਵਾਲਾ ਕਿਉਂਕਿ ਤਲਵੇਂ ਚੱਟਣ ਵਾਲੇ ਗੋਦੀ মিডিਆ ਉੱਥੇ ਪਹੁੰਚ ਗਿਆ ਆ ਸੋ ਇਹ ਜੀ ਭਾਰਤ ਦਾ ਸਥਾਨ ਪਈ ਦੇਖੋ ਬਹੁਤ ਹੀ ਮਾੜਾ ਆ ਹੈਨਾ ਸੋ ਆ ਜਿਹੜੇ ਰੈੱਡ ਆ ਇਹ ਤਾਂ ਫਿਰ ਤਾਨਾਸ਼ਾਈ ਆਲਮੋਸਟ ਹੈਨਾ ਤੇ ਇਧਰ ਆਪਣਾ ਚੀਨ ਆ ਇਹ ਇਹ ਤਾਂ ਤਾਨਾਸ਼ਾਈ ਆ ਰਸ਼ੀਆ ਵੀ ਇੱਕ ਕਿਸਮ ਦੀ ਤਾਨਾਸ਼ਾਈ ਚੱਲਦੀ ਪੁੱਤਨ ਦੀ ਹੈਨਾ ਸੋ ਭਾਰਤ ਦੁਨੀਆ ਚ ਪਹਿਲੇ ਹਸਤਾਨਾ ਤੇ ਆਉਂਦਾ ਸੀ ਵੀ ਲੋਕਤੰਤਰ ਇਸ ਦੇਸ਼ ਵਰਗਾ ਕਿਤੇ ਹੈ ਹੀ ਨਹੀਂਗਾ ਪਰ ਹੁਣ ਨਾਂ ਦਾ ਰਹਿ ਗਿਆ ਆ ਤੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਜੀ ਤੇ ਆ ਲਓ ਜੀ ਉਹ ਬੀਬੀਸੀ ਨੇ ਕਿਹਾ ਸੀ ਤੇ ਅਮਰੀਕਾ ਦੀ ਸਭ ਤੋਂ ਵੱਡੀ ਖੁਆਰ ਅਰਬਿੰਗਟਨ ਪੋਸਟ ਮੋਦੀ ਐਂਡ ਦਾ ਬੀਜੇਪੀ ਹੈਵ eroded indias democratic freedoms ਪਈ ਇਹਦਾ ਮਤਲਬ ਹੁੰਦਾ ਤਬਾਹ ਕਰਤਾ ਮੋਦੀ ਤੇ ਬੀਜੇਪੀ ਨੇ ਭਾਰਤ ਦੀ ਲੋਕਤੰਤਰ ਨੂੰ ਲੋਕਤਾਂਤ੍ਰਿਕ ਆਜ਼ਾਦੀ ਨੂੰ ਵਾਸ਼ਿੰਗਟਨ ਪੋਸਟ ਵੀ ਕਹਿੰਦੀ ਅਮਰੀਕਾ ਵਾਲੀ ਵੀ ਮੋਦੀ ਤੇ ਬੀਜੇਪੀ ਨੇ ਭਾਰਤ ਦੀ ਲੋਕਤੰਤਰਿਕ ਆਜ਼ਾਦੀ ਨੂੰ ਤਬਾਹ ਕਰਤਾ ਹੇਅਰ ਇਜ਼ ਹਾਊ ਥੈਟ ਵੀ ਤਬਾਹ ਕਿਦਾਂ ਕੀਤਾ ਉਹ ਸਰਲੇਖ ਲਿਖਿਆ ਸੀ ਅਮਰੀਕਾ ਦੀ ਵਾਸ਼ਿੰਗਟਨ ਪੋਸਟ ਨੇ ਹਨਾ ਸੋ ਬਾਈ ਜੀ ਬਾਲੀਆਂ ਹੁਣ ਇਹਨਾਂ ਦੀਆਂ ਕਰਤੂਤਾਂ ਤੁਹਾਨੂੰ ਕੀ ਕੀ ਦੱਸੀਏ ਤੇ ਦੂਰ ਕੀ ਜਾਣਾ ਯਾਰ ਇਹ ਦੋ ਤਰੀਕ ਵੀ ਆਉਣ ਵਾਲੀ ਆ ਇੱਕ ਤਰੀਕ ਤਾਂ ਇੰਡੀਆ ਚ ਹੋ ਗਈ ਆ ਹਨਾ ਤੇ ਆ ਇੱਕ ਬਾਬਾ ਆ ਕੋਈ ਕਹਿੰਦਾ ਦੋ ਤਰੀਕ ਤੱਕ ਦੋ ਤਰੀਕ ਤੱਕ ਭਾਰਤ ਨੂੰ ਜੇ ਹਿੰਦੂ ਰਾਸ਼ਟਰ ਨਹੀਂ ਘੋਸ਼ਿਤ ਕੀਤਾ ਤਾਂ ਮੈਂ ਸਰਜੂ ਨਦੀ ਚ ਜਲ ਸਮਾਧੀ ਲੈ ਲੈਣੀ ਜਲਦੀ ਜਾ ਭਰਾਵਾ ਦੋ ਤਰੀਕ ਜਲਦੀ ਜਲਦੀ ਜਾਵੇ ਇੱਕ ਤਾਂ ਹੋ ਗਈ ਆ ਦੇਖਦੇ ਆ ਸਮਾਧੀ ਲੈਂਦਾ ਕਿ ਨਹੀਂ ਲੈਂਦਾ ਕੇਂਦਰ ਕੋ ਮੁਸਲਮਾਨੋ ਔਰ ਇਸਾਈਓ ਕੀ ਰਾਸ਼ਟਰੀਤਾ ਸਮਾਪਤ ਕਰਨੀ ਚਾਹੀਏ ਜਗਤਗੁਰੂ ਪਰਮਹੰਸ ਲਓ ਜੀ ਤੁਸੀਂ ਦੱਸੋ ਇਹ ਇਦਾਂ ਦੇ ਲੋਕ ਜਿਹੜੀ ਇੰਨੀ ਨਫ਼ਰਤ ਲੋਕਾਂ ਦੇ ਦਿਲਾਂ 'ਚ ਫਲਾਉਂਦੇ ਆਪਣੇ ਦਿਲਾਂ 'ਚ ਇੰਨੀ ਹੇਟ ਰੱਖੀ ਫਿਰਦੇ ਜ਼ਹਿਰ ਰੱਖੀ ਫਿਰਦੇ ਆ ਕਿ ਮੁਸਲਮਾਨਾਂ ਤੇ ਅਸਾਉਂਗੀਆਂ ਦੀ ਜਿਹੜੀ ਨੈਸ਼ਨੈਲਿਟੀ ਉਹ ਖਤਮ ਕਰਨੀ ਚਾਹੀਦੀ ਜਗਤਗੁਰੂ ਪਰਮਹਾਂਸ ਇਹ ਸੰਤ ਖਾਣ ਦੇ ਲਾਇਕ ਹੈਗੇ ਇਹ ਬੰਦੇ ਤੁਸੀਂ ਦੱਸੋ ਯਾਰ ਅਖੇ 2 ਅਕਤੂਬਰ ਤੱਕ ਭਾਰਤ ਨੂੰ ਹਿੰਦੂ ਰਾਸ਼ਟਰਨੀ ਕੋਸ਼ਿਸ਼ ਕੀਤਾ ਮੈਂ ਸਰਜੂ ਨਦੀ 'ਚ ਸਮਾਧੀ ਆਉ ਜਾ ਭਰਾਵਾ ਜਾ ਜਲਦੀ ਜਾ ਪਾਦਾ ਕਹਿੰਦੇ 2 ਤਰੀਕ ਕਲੌਕਾਂ ਨੂੰ ਯਾਰ ਅੱਗੇ ਨੂੰ ਕਰੋ ਇੱਕ ਹੋ ਗਈ ਹੈ ਦੋ ਕਰੋ ਜਲਦੀ ਤੇ ਦੇਖਦੇ ਆ ਫਿਰ ਦੋ ਤਰੀਕ ਨੂੰ ਹੀ ਸਮਾਧੀ ਲਾਊਗਾ ਜਾਂ ਨਹੀਂ ਉਹ ਵੀ ਦੱਸਾਂਗੇ ਸੋ ਬਿਆਨ ਤਾਂ ਇਹਨੇ ਦੇ ਦਿੱਤਾ ਚੌੜ-ਚੌੜ ਚ ਕੌਣ ਮਰਦਾ ਹੈ ਤੇ ਬਾਕੀ ਜੀ ਆਸਟ੍ਰੇਲੀਆ ਤੋਂ ਵੀ ਉਹ ਆਪਣੇ ਵੀਰ ਭਰਾ ਦੇਖਦੇ ਆ ਤੇ ਤੁਹਾਨੂੰ ਦਿਖਾਉਣਾ ਹੈ ਜੀ ਆਸਟ੍ਰੇਲੀਆ ਚ ਜਿਹੜੀ ਪੁਲਿਸ ਸੀਗੀ ਸਭ ਤੋਂ ਪਹਿਲਾਂ ਪੁਲਿਸ ਵਾਲੇ ਕੌਣ ਸੀ 12 ਕੈਦੀ ਸੀਗੇ ਇਹ ਸੱਚੀ ਗੱਲ ਹੈ ਜੀ ਕੋਈ ਝੂਠ ਨਹੀਂ ਕਿਉਂਕਿ ਸਭ ਨੂੰ ਪਤਾ ਆਸਟ੍ਰੇਲੀਆ ਇੱਕ ਕਾਲੇ ਪਾਣੀ ਵਾਂਗ ਸੀਗਾ ਹਨਾ ਤੋ ਦੂਰ ਦਰਾਡੇ ਸੀਗੇ ਜਿਹੜੇ ਕੈਦੀ ਸੀਗੇ ਜਿਹੜੇ ਮਤਲਬ ਖੁੰਖਾਰ ਕੈਦੀ ਲਾ ਲੋ ਜੋ ਵੀ ਉਹਨਾਂ ਨੂੰ ਸਜ਼ਾ ਦੇ ਕੇ ਉਧਰ ਕਾਲੇ ਪਾਣੀ ਚ ਭੇਜਤਾ ਜਾਂਦਾ ਸੀ ਆਸਟ੍ਰੇਲੀਆ ਦੁਨੀਆ ਤੋਂ ਪਰੇ ਹੀ ਪੈ ਜਾਂਦਾ ਸੀ ਸੋ ਜਦੋਂ ਆਸਟ੍ਰੇਲੀਆ ਚ ਪੁਲਿਸ ਦੀ ਲੋੜ ਪਈ ਤੇ ਸਭ ਤੋਂ ਪਹਿਲਾਂ ਪੁਲਿਸ ਵਾਲੇ ਕੌਣ ਸੀ ਜਿਹੜੇ ਚੰਗਾ ਵਰਤਾਓ ਕਰਦੇ ਸੀ ਜੇਲ੍ਹ ਚ ਹੋਰਾਂ ਨਾਲ ਸੋ 12 ਜਣੇ ਸੀਗੇ ਜਿਹੜੇ ਚੰਗਾ ਵਰਤਾਓ ਕਰਦੇ ਸੀ ਸੋ 12 ਕੈਦੀ ਆਸਟ੍ਰੇਲੀਆ ਦੀ ਪੁਲਿਸ ਚ ਸਭ ਤੋਂ ਪਹਿਲਾਂ ਜਿਹੜੇ ਭਾਰਤੀ ਹੋਣ ਵਾਲੇ ਸੀਗੇ ਉਹ 12 ਕੈਦੀ ਸੀ ਸੋ ਆਪਣੇ ਆਸਟ੍ਰੇਲੀਆ ਦੇ ਯਾਰਾਂ ਦੋਸਤਾਂ ਨਾਲ ਵੀ ਇਹ ਸ਼ੇਅਰ ਕਰਿਓ ਜੀ ਪੋਸਟ ਨੂੰ ਤੇ ਬਾਕੀ ਸਭ ਨੂੰ ਰਿਕਵੈਸਟ ਹੈ ਜੀ ਫੋਲੋ ਵੀ ਕਰੋ ਪੇਜ ਆਪਣਾ ਤੇ ਹੋਰ ਤੁਹਾਨੂੰ ਦਿਖਾਉਨੇ ਆ ਜੀ ਇੱਕ ਚੀਜ਼ ਤੇ ਬਾਈ ਜੀ ਵੀ ਆਰ ਚੌਧਰੀ ਇਹ ਭਾਰਤੀ 에ਅਰਫੋਰਸ ਦੇ ਨਵੇਂ ਮੁਖੀ ਹੋ ਗਏ ਆ ਜੀ ਅੱਜ ਵੀ ਆਰ ਚੌਧਰੀ ਤੇ ਇਹ ਆ ਜੀ ਭਾਰਤੀ 에ਅਰਫੋਰਸ ਦੇ ਨਵੇਂ ਮੁਖੀ ਜਿਨ੍ਹਾਂ ਦਾ ਨਾਮ ਪੂਰਾ ਲਿਖਿਆ ਹੀ ਹੋਣਾ ਵਿਵੇਕਰ ਚੌਧਰੀ ਵਿਵੇਕਰਮ ਚੌਧਰੀ इंडियन एयर फोर्स ਨਵੇਂ ਮੁਖੀ ਅੱਜ ਤੋਂ ਹੋ ਗਏ ਆ ਤੇ ਨਾਮ ਚਿੱਤੇ ਕਰ ਲਿਓ ਕੰਮ ਆ ਜੂ ਕਿਤੇ ਬਾਕੀ ਹੋਰ ਦਿਖਾਉਣੇ ਤਸਵੀਰਾਂ ਰਹਿ ਗਈਆਂ ਦੋ ਕ ਤੇ ਬਾਕੀ ਬਾਈ ਜੀ ਆ ਲਿਸਟ ਦੇਖੋ ਤੁਹਾਨੂੰ ਮੈਂ ਦਿਖਾਉਣਾ ਵੀ ਪੰਜਾਬ ਚ 1 ਲੱਖ ਬੰਦੇ ਪਿੱਛੇ ਕਿੰਨੇ ਬੈੱਡ ਆ ਪਰ ਉਹ ਗੱਲ ਮੈਂ ਬਾਅਦ ਚ ਦਿਖਾਉਣਾ ਪਹਿਲਾਂ ਆ ਦੇਖੋ ਵੀ ਜਿਹੜੇ ਭਾਰਤ ਚ ਨਵਾਂ ਅੱਜ ਸੂਚੀ ਜਾਰੀ ਹੋਈ ਵੀ ਭਾਰਤ ਚ 1007 ਬੰਦਿਆਂ ਕੋਲ 1000 ਕਰੋੜ ਰੁਪਏ ਤੋਂ ਵੱਧ ਪੈਸੇ ਆ ਸੋ ਟੋਟਲ 1000 ਬੰਦੇ ਆ ਪੂਰੇ ਦੇਸ਼ ਅਚ 130 ਕਰੋੜ ਚੋਂ ਜਿਨ੍ਹਾਂ ਕੋ 1000 ਕਰੋੜ ਤੋਂ ਜ਼ਿਆਦਾ ਰੁਪਈਏ ਆ ਸਭ ਤੋਂ ਵੱਧ ਕਿਹੜੇ ਸ਼ਹਿਰਾਂ ਚ ਰਹਿੰਦੇ ਆ ਹਨਾ ਸੋ 255 ਬੰਦੇ ਜਿਨ੍ਹਾਂ ਕੋ 1000 ਕਰੋੜ ਰੁਪਏ ਤੋਂ ਵੱਧ ਆ ਉਹ ਬੰਬੇ ਚ ਆ ਫਿਰ ਦਿੱਲੀ ਚ 167 ਤੇ ਲਿਸਟ ਚ ਪਲੱਸ ਪਲੱਸ ਪਈ ਹੈ ਅਮੀਰ ਹੋਰ ਅਮੀਰ ਹੋਈ ਜਾ ਰਿਹਾ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਤੇ ਹੈਰਾਨੀ ਵਾਲੀ ਚ ਕੋਈ ਗੱਲ ਨਹੀਂ ਵੀ ਅਹਮਦਾਬਾਦ ਚ ਵੀ 42 ਰਹਿੰਦੇ ਆ ਤੇ ਸੂਰਤ ਵੀ ਮੋਦੀ ਦੀ ਸਟੇਟ ਹੀ ਆ ਸੂਰਤ 4285060 ਜਣੇ ਤਾਂ ਮੋਦੀ ਦੀ ਸਟੇਟ ਤੋਂ ਹੀ ਆ ਕਿਤੇ ਪੰਜਾਬ ਦਾ ਹੈਗਾ ਕੋਈ ਤੁਹਾਨੂੰ ਦਿਦਾ ਕੋਈ ਪੰਜਾਬ ਦਾ ਨਹੀਂ ਦਿਸਣਾ ਵੀ ਨਹੀਂਗਾ ਤੇ ਹੋਰ ਦਿਖਾਉਣੇ ਤੁਹਾਨੂੰ ਇਹ ਆ ਜੀ ਜਿਹੜੇ ਭਾਰਤ ਦੇ 1000 ਕਰੋੜ ਰੁਪਏ ਤੋਂ ਜ਼ਿਆਦਾ ਵਾਲੇ ਉਹਨਾਂ ਚੋਂ ਮੇਨ ਮੇਨ ਬੰਦਿਆਂ ਦੇ ਨਾਮ ਲਿਖਿਓ ਆ ਤੇ ਹੋਰ ਦਿਖਾਉਣੇ ਆ ਸਵੇਰੇ ਮੈਂ ਜਿਹੜੀ ਪੋਸਟ ਕੀਤੀ ਸੀ ਉਹ ਜਿਆਦਾ ਲੋਕਾਂ ਤੱਕ ਪਹੁੰਚੀ ਨਹੀਂ ਮੈਂ ਫੇਰ ਦੁਬਾਰਾ ਇੱਕ ਵਾਰੀ ਰਿਪੀਟ ਕਰ ਦਵਾਂ ਬਾਈ ਜੀ ਗੌਤਮ ਅਡਾਨੀ ਨੇ ਦਿਹਾੜੀ ਦਾ 1000 ਕਰੋੜ ਰੁਪਇਆ ਕਮਾਇਆ ਪਿਛਲੇ ਸਾਲ 1000 ਕਰੋੜ ਰੁਪਇਆ ਇੱਕ ਦਿਨ ਦਾ 261% ਦੀ ਆਮਦਨੀ 'ਚ ਵਾਧਾ ਹੋਇਆ 212% ਦੇ ਭਰਾ ਦੀ ਆਮਦਨੀ 'ਚ ਵਾਧਾ ਹੋਇਆ 5 ਲੱਖ ਕਰੋੜ ਰੁਪਏ ਦਾ ਮਾਲਕ ਆ ਬਾਈ ਜੀ ਆ ਦੱਸੋ ਜੇ ਜਿਹੜੀਆਂ ਮੋਦੀ ਦੀਆਂ ਭੇਡਾਂ ਆ ਜੋ ਵੀ 5 ਲੱਖ ਕਰੋੜ ਰੁਪਈਆ ਕਿੰਨਾ ਹੁੰਦਾ ਜੇ ਲਿਖ ਦੇਣਾ ਮੈਂ ਵੀਡੀਓ ਪਾਉਣੀ ਛੱਡ ਦੇਣੀ ਜਾਂ ਲਿਖ ਕੇ ਦਿਖਾਓ ਮੈਨੂੰ ਪਹਿਲਾਂ 5 ਲੱਖ ਕਰੋੜ ਰੁਪਈਆ ਦੇ ਪਿੱਛੇ ਜ਼ੀਰੋਆਂ ਕਿੰਨੀਆਂ ਲੱਗਣੀਆਂ ਜਾਓ ਭੇਡੋ ਤੁਹਾਨੂੰ ਕੰਮ ਦੇ ਦਿੱਤਾ ਦੱਸੋ ਫਿਰ 5 ਲੱਖ ਕਰੋੜ ਰੁਪਈਆ ਕਿੰਨਾ ਹੁੰਦਾ 5 ਲੱਖ ਕਰੋੜ ਰੁਪਈਆ ਅਡਾਨੀ ਤੇ ਉਹਦੇ ਭਰਾ ਦਾ ਜੋੜ ਲਓ ਆ ਦੇ 1.31 1 ਲੱਖ ਕਰੋੜ ਰੁਪਈਆ ਸੋ ਬਾਈ ਜੀ ਦੇਖ ਲਓ ਇਹਨਾਂ ਕੋ ਇਹਨਾਂ ਦੇ ਕੰਮ ਦੇਖੋ ਹਾਂਜੀ ਕੰਮ ਰਿਲਾਇੰਸ ਅਡਾਨੀ ਐਚसीएल ਹਿੰਦੁਸਤਾਨ ਕੰਪਿਊਟਰ ਲਿਮਿਟਿਡ ਇਹ ਬੰਦੇ ਬਣਾਉਂਦੇ ਆ ਸ਼ਿਵਨਾਦਰ ਹੁਣੀ ਮਤਲਬ ਆਪਣੇ ਜਿੱਦਾਂ ਆਪਣੀ ਇੱਧਰ ਬਿਲ ਗੇਟਸ ਦੀ ਹੋਇਆ ਹਨਾ ਮਾਈਕਰੋਸਾਫਟ ਇਦਾਂ ਹੀ ਇਹ ਆਂਡੀਆਂ ਚ ਫੇਰ ਆ ਹਿੰਦੂ ਜਾ ਆਹਾ ਇਹਨਾਂ ਦੀ ਹੈਗੀ ਏ ਟੈਲ ਹਨਾ ਮਿੱਤਲਾਂ ਦੀ ਤੇ ਫੇਰ ਆ ਜਿਹਨੀਆਂ ਆਪਣਾ ਆਪਣਾ ਕਰੋਨਾ ਦੀਆਂ ਜਿਹਨੀਆਂ ਉਹ ਬਣਾਈਆਂ ਸੀ ਤੇ ਫੇਰ ਆਹਾ ਐਵਨਿਊ ਸੁਪਰਮਾਰਟ ਅਡਾਨੀ ਆ ਗਿਆ ਦਿੱਤਿਆ ਬੇਰਲਾ ਵੀ ਤੁਹਾਨੂੰ ਪਤਾ ਜੈਡ ਸਕੈਲਰ ਇਹ ਬੰਦਾ ਰਹਿੰਦਾ ਆ ਅਮਰੀਕਾ ਚ ਤੇ ਇਹ ਪ੍ਰੋਵਾਈਡ ਕਰਦਾ ਜੇ ਚੌਧਰੀ ਇਹ ਪ੍ਰੋਵਾਈਡ ਕਰਦਾ ਮਤਲਬ ਸਾਈਬਰ ਸਕਿਉਰਟੀ ਹੈ ਨਾ ਸੋ ਦੇਖ ਸਕਦੇ ਆ ਬਾਈ ਜੀ ਬਹੁਤ ਹੈਰਾਨੀ ਦੀ ਗੱਲ ਆ ਕਿ ਹਜ਼ਾਰ ਕਰੋੜ ਰੁਪਈਆ ਦਿਹਾੜੀ ਦਾ ਅਡਾਨੀ ਕਮਾਉਂਦਾ ਇਹਨੇ ਅਵਾਨੀ ਨੂੰ ਵੀ ਕੱਟ ਜਾਣਾ ਅਵਾਨੀ 163 ਕਰੋੜ ਰੁਪਈਆ ਕਮਾਉਂਦਾ ਦਿਹਾੜੀ ਦੇ ਤੇ ਇਹ ਕਮਾਉਂਦਾ ਸੀ ਹਜ਼ਾਰ ਕਰੋੜ ਰੁਪਈਆ ਹਜ਼ਾਰ ਕਰੋੜ ਰੁਪਈਆ ਇੱਕ ਦਿਨ ਦਾ ਮੂੰਹ ਅੱਡ ਹੁੰਦਾ ਬਾਈ 1000 ਕਰੋੜ ਰੁਪਈਆ ਕਹਿੰਦੇ ਇਹਨੂੰ ਕੋਈ ਇੱਚ ਝੂਠ ਨਹੀਂ ਸਰਚ ਕਰ ਲਿਓ ਗਾਂ ਤਸਵੀਰ ਹੈਗੀ ਇੱਕ ਤੇ ਇਹ ਜੀ ਇਹ ਤਸਵੀਰ ਆ ਇਹ ਹੈਗੀ ਧਰਤੀ ਜਿੱਥੇ ਬੜਕਾਂ ਵੱਜਦੀਆਂ ਹੈ ਪੀ ਮੇਰੇ ਅਰਗਾ ਤਾਂ ਕੋਈ ਹੈ ਹੀ ਨਹੀਂ ਮੇਰੇ ਅਰਗਾ ਅਮੀਰ ਮੇਰੇ ਅਰਗਾ ਸੋਹਣਾ ਮੇਰੇ ਅਰਗੀ ਬੋਡੀ ਮੇਰੇ ਅਰਗਾ ਜੋ ਵੀ ਆ ਹਨਾ ਕੱਦ ਕਾਠ ਤੇਰੇ ਅਰਗਾ ਪੈਸਾ ਮੇਰੇ ਜਿੰਨਾ ਇਹ ਧਰਤੀ ਆ ਤੇ ਇਹ ਹੈਗਾ ਜੀ ਚੰਨ ਧਰਤੀ ਤੇ ਚੰਨ ਦੋਹਾਂ ਇਕੱਠਿਆਂ ਦੀ ਤਸਵੀਰ ਖਿੱਚੀ ਗਈ ਸੀ ਤੇ ਉਹ ਜਿਹੜਾ ਸਪੇਸ ਕਰਾਫਟ ਨਾਲ ਖਿੱਚੀ ਸੀ ਉਹ 1297000 ਕਿਲੋਮੀਟਰ ਉਹ ਧਰਤੀ ਤੋਂ ਸੀਗਾ 119585000 ਕਿਲੋਮੀਟਰ ਦੂਰ ਉਹ ਚੰਨ ਤੋਂ ਸੀ ਇਹ ਤਸਵੀਰ ਚੰਨ ਤੇ ਧਰਤੀ ਦੀ ਇਕੱਠਿਆਂ ਦੀ ਆ ਦੇਖ ਸਕਦੇ ਆ ਸੋ ਹੋਰ ਤਸਵੀਰ ਇੱਕ ਰਹਿ ਗਈ ਬੈਕਗ੍ਰਾਉਂਡ ਚ ਕੀ ਦੇਖੀ ਜਾਂਦਾ ਸੋਪਾ ਤੇ ਆ ਲਓ ਜੀ ਤਸਵੀਰ ਇੱਕ ਹੋਰ ਤੁਹਾਨੂੰ ਦਿਖਾਉਨੇ ਆ ਤੇ ਹਾਂ ਬੈਡਾਂ ਦੀ ਗਿਣਤੀ ਦਿਖਾਉਨੇ ਪੰਜਾਬ ਚ ਕਿੰਨੀਆਂ ਤੇ ਨਵਾਂ ਜੀ ਨੀਤੀਯੋਗ ਦੀ ਰਿਪੋਰਟ ਆਈ ਆ ਤਈ 1 ਲੱਖ ਬੰਦਿਆਂ ਪਿੱਛੇ ਕਿੰਨੇ ਬੈੱਡ ਆ ਹਨਾ ਦੇਖ ਸਕਦੇ ਆ 1 ਲੱਖ ਬੰਦਿਆਂ ਪਿੱਛੇ ਸਾਰੀਆਂ ਸਟੇਟਾਂ ਚ ਕਿੰਨੇ ਬੈੱਡ ਆ ਹਨਾ ਤੇ ਮਿਨੀਮਮ ਉਹ ਕਹਿੰਦੇ ਸੀ 22 ਚਾਹੀਦੇ ਸੀਗੇ ਮਿਨੀਮਮ 1 ਲੱਖ ਬੰਦੇ ਪਿੱਛੇ 22 ਬੈੱਡ ਚਾਹੀਦੇ ਸੀ 1 ਲੱਖ ਬੰਦੇ ਪਿੱਛੇ ਤੇ ਭਾਰਤ ਦੀਆਂ ਸਟੇਟਾਂ ਚ ਕਿੰਨੇ ਬੈੱਡ ਆ ਹਰੇਕ ਸਟੇਟ ਚ 1 ਲੱਖ ਬੰਦੇ ਪਿੱਛੇ ਐਮਪੀ ਚ ਹੈਗੇ 20 ਛੱਤੀਗੜ 20 ਬੰਗਾਲ ਚੁੰਨੀ ਰਾਜਸਥਾਨ ਚੁੰਨੀ ਪੰਜਾਬ ਚ ਬਾਈ ਜੀ 1 ਲੱਖ ਬੰਦੇ ਪਿੱਛੇ 18 ਬੈੱਡ ਆ ਸਿਰਫ 18 ਬੈੱਡ ਆ 1 ਲੱਖ ਬੰਦੇ ਪਿੱਛੇ ਹਸਪਤਾਲ ਚ ਹੈ ਨਾ ਹੈਰਾਨੀ ਦੀ ਗੱਲ ਤੇ ਬਾਕੀ ਹੋਰਾਂ ਸਟੇਟਾਂ ਦਾ ਇਤੋ ਮਾੜਾ ਹਾਲ ਆ ਬਿਹਾਰ ਚ 1 ਲੱਖ ਬੰਦੇ ਵਿੱਚ ਸਿਰਫ 6 ਬੈੱਡ ਆ ਹਸਪਤਾਲ ਚ ਆ ਦੇਖ ਲਓ 18 ਬੈੱਡ ਓਹੋ ਹਾਂ ਦੇਖ ਤੁਹਾਡੇ ਸਾਹਮਣੇ ਆ ਸੁਨੀਤੀ ਯੋਗ ਮਤਲਬ ਇਹਨਾਂ ਰਿਪੋਰਟ ਦੇਣੀ ਪੈਂਦੀ ਵੀ ਦੇਸ਼ ਦਾ ਕੀ ਹਾਲ ਆ ਲੋਕਾਂ ਦਾ ਕੀ ਹਾਲ ਆ ਜੋ ਵੀ ਆ ਹਨਾ ਤੇ ਬਾਕੀ ਪਰ ਕਈ ਸਟੇਟਾਂ ਇਦਾਂ ਦੀਆਂ ਵੀ ਹੈਗੀਆਂ ਆ ਆ ਹੋਰ ਸਟੇਟਾਂ ਆ ਪੌਂਡੀਚੇਰੀ ਵਾਲਿਆਂ ਕੋਲ 222 ਬੈੱਡ ਆ ਉਹ ਕਹਿੰਦੇ 222 ਚਾਹੀਦੇ ਮਿਨੀਮਮ 1 ਲੱਖ ਪਿੱਛੇ ਪੌਂਡੀਚੇਰੀ ਕੋਲ 222 ਆ ਹਨਾ ਤੇ ਆਪਣਾ ਚੰਡੀਗੜ੍ਹ ਚ 57 ਆ ਬਾਕੀ ਹੋਰ ਵੀ ਇਹ ਸਟੇਟਾਂ ਦੇ ਨਾਂ ਤੁਸੀਂ ਪੜ ਸਕਦੇ ਆ ਹਨਾ ਲਿਖਿਆ ਹੋਆ ਕਿ ਕਿੱਥੇ 1 ਲੱਖ ਬੰਦੇ ਪਿੱਛੇ ਹਸਪਤਾਲ 'ਚ ਕਿੰਨੇ ਬੈੱਡ ਆ ਸੋ ਪੰਜਾਬ ਦਾ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਸਿਰਫ 18 ਬੈੱਡ 1 ਲੱਖ ਬੰਦੇ ਪਿੱਛੇ ਹਸਪਤਾਲ 'ਚ ਓខਾ ਬਈ ਓខਾ ਤੇ ਜਾਂਦੇ ਜਾਂਦੇ ਤਸਵੀਰ ਰਹਿ ਗਈ ਜੀ ਇੱਕ ਤੇ ਸਾਰਿਆਂ ਰਿਕੁਐਸਟ ਹੈ ਜੀ ਵੱਧੋ ਵੱਧ ਵੀਡੀਓ ਆਪਣੀ ਸ਼ੇਅਰ ਕਰਿਆ ਕਰੋ ਸਭ ਤੱਕ ਪਹੁੰਚਾਇਆ ਕਰੋ ਹਨਾ ਤੇ ਜਿਹੜੇ ਆਪਣੀ ਵੀਡੀਓ ਦੇਖ ਲੈਂਦੇ ਆ ਫੋਲੋ ਨਹੀਂ ਕਰਦੇ ਫੋਲੋ ਵੀ ਕਰ ਲਿਆ ਕਰੋ ਤੁਹਾਡੇ ਕੰਮ ਦੀਆਂ ਹੀ ਆਉਣੀਆਂ ਤੇ ਬਾਕੀ ਜਾਂਦੇ ਜਾਂਦੇ ਤਸਵੀਰ ਰਹਿ ਗਈ ਇੱਕ ਜਰਮਨ ਦੀ ਇੱਕ ਨਿਊਜ਼ ਆ ਰਹੀ ਆ ਜਰਮਨ ਦਾ ਇੱਕ ਸ਼ਹਿਰ ਆ ਕੀਲ ਉੱਥੇ ਵੀ ਕੀਲ ਸਪੇਰ ਆ ਲੈ ਜਾਊਗਾ ਹੈ ਕੀਲ ਉੱਥੇ ਇੱਕ ਤਰਨੈਡੋ ਆਇਆ ਦੇਖ ਸਕਦੇ ਆ ਤੁਸੀਂ ਮਤਲਬ ਕਹਿੰਦੇ ਜਿਹੜਾ ਵੀ ਮੋਰਿਆ ਬਸ ਚੱਕ ਕੇ ਹੀ ਲੈ ਗਿਆ ਮਤਲਬ ਭਈ ਭਈ ਕਿਹਾ ਜਾ ਰਿਹਾ ਆ ਭਈ 바ਵਾ ਬੰਦੇ ਫੱਟੜ ਕਰਤੇ ਇਹਨੇ 바ਵਾ ਲੋਕਾਂ ਦੇ ਸੱਟਾਂ ਲੱਗੀਆਂ ਕਿਉਂਕਿ ਘੁੰਮਦਾ ਸੀਗਾ ਇਦਾਂ ਜਿਹੜਾ ਆਇਆ ਜਿੱਦਾਂ ਪਿੰਡਾ ਹੀ ਨਹੀਂ ਉਹਨਾਂ ਦਾ ਬੰਬ ਰੋਲਾ ਉਹੀ ਹਿਸਾਬ ਸੀਗਾ ਪਈ ਕੀਲ ਸ਼ਹਿਰ ਆ ਕੇ ਆਈ ਐਲ ਇਹਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਆ ਤੁਰਨਾਡੋ ਕੀਲ ਭਰ ਕੇ ਤੁਹਾਡੇ ਸਾਹਮਣੇ ਵੀਡੀਓ ਆ ਜਾਣੀ ਆ ਤੇ ਬਾਵਾ ਜੀ ਇਹਨੇ ਕਹਿੰਦੇ ਨੁਕਸਾਨ ਕੀਤਾ ਜਰਮਨ ਚ ਤੇ ਬਾਕੀ ਜਾਂਦੇ ਜਾਂਦੇ ਰਿਕੁਐਸਟ ਸਾਰਿਆਂ ਨੂੰ ਇੱਕੋ ਹੀ ਆ ਜੀ ਤੇ ਅੱਜ 30 ਤਰੀਕ ਸੀਗੀ ਮਹੀਨਾ ਵੀ ਮੁੱਕ ਗਿਆ ਆ ਤੇ ਖਰਚੇ ਪੱਤੇ ਪੂਰੇ ਹੁੰਦੇ ਨਹੀਂ ਇੱਕੋ ਹੀ ਰਿਕੁਐਸਟ ਹੁੰਦੀ ਕਲਿੱਕ ਕਰ ਦਿਆ ਕਰੋ ਹੋਰ ਭਾਵੋ ਕੀ ਕਹਿ ਸਕਦੇ ਆ ਹਨਾ ਤੇ ਆ ਦੇਖੋ ਜੀ ਆਪਣਾ ਪੇਜ ਆ ਇਹਨ ਦੀ ਜਿਸਵਾਲ ਹਰੇਕ ਵੀਡੀਓ ਦੇ ਲਿੰਕ ਪਾਇਆ ਹੁੰਦਾ ਆ ਤੇ ਹਲੋ ਸਾਰੀਆਂ ਵੀਡੀਓ ਜਿੰਨੀਆਂ ਵੀ ਮੈਂ ਲਾਈਵ ਕਰਦਾ ਲਿੰਕ ਹਰੇਕ ਵੀਡੀਓ ਤੇ ਹੁੰਦਾ ਆ ਕਲਿੱਕ ਕਰ ਦਿਆ ਕਰੋ ਨੀਲੇ ਜਏ ਤੇ ਹਿੰਦੀ ਰੇਡੀਓ ਖੁੱਲ ਜਾਣਾ ਇੱਕਾ ਸਿਰੇ ਤੇ ਐਡ ਆਉਣੀ ਆ ਏਕਾ ਮੇਰੇ ਸਿਰ ਦੇ ਉੱਤੇ ਚਾਲ ਜੀ ਜਿੱਥੇ ਆ ਕਾਂਡਾ ਲੱਗਾ ਹੁੰਦਾ ਹੈ ਸੈਂਟਰ ਚ ਕਲਿੱਕ ਕਰ ਦੇਣਾ ਬਸ ਇੰਨਾ ਕੰਮ ਆ ਜੀ ਕਰ ਦਿਆ ਕਰੋ ਹਲੋ ਜੀ ਇਹਨੂੰ ਦੇਖਿਆ ਮੜ ਜਾ ਫਿਰ ਦੂਜੀ ਨੂੰ ਇਦਾਂ ਹੀ ਦੇਖ ਕੇ ਬੰਦ ਕਰ ਦੇਣਾ ਓਕੇ ਜੀ ਮਿਲਦੇ ਆ ਸਵੇਰ ਨੂੰ ਨਵੀਂ ਵੀਡੀਓ ਨਾਲ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਲਿੰਕ ਕਲਿੱਕ ਕਰਿਓ ਤੇ ਪੇਜ ਫੋਲੋ ਕਰੋ ਤੇ ਬਦੋ ਬਦ ਪੇਜ ਫੋਲੋ ਕਰਵਾਓ ਲਿੰਕ ਜ਼ਰੂਰ ਕਲਿੱਕ ਕਰ ਦਿਓ ਅਦਿਓਸ